ਜੀਸਲਾਮ ਅਲੈਕੁਮ ਵੀਰੋ ਕੀ ਹਾਲ ਚਾਲ ਆ ਹੋਰ ਸੁਣਾਓ ਸਭ ਠੀਕ ਠਾਕ ਵੀਰੋ ਤੁਹਾਡਾ ਆਪਣਾ ਵੀਰ شاہਦ ਹੁਸੈਨ ਤੁਹਾਡੀ ਖਿਦਮਤ ਚ ਫਿਰ ਹਾਜ਼ਰ ਆ ਤੇ ਤੁਸੀਂ ਦੇਖ ਰਹੇ ਜੀ YouTube ਚੈਨਲ ਹੈ ਵਿਲੇਜ ਅਰਾਊਂਡ ਦੂਸਰਾ ਚੈਨਲ ਹੈ ਅਮੀਨਪੁਰ ਬੰਗਲਾ ਕੀ ਦੁਨੀਆ ਦੋ ਚੈਨਲ ਨੇ YouTube ਤੇ ਜਾਓਗੇ ਇਹਨਾਂ ਚੈਨਲਾਂ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਇਨਸ਼ਾਅੱਲਾ ਘੋੜਿਆਂ ਦੇ ਮੁਤਲਕ ਮਾਲੂਮਾਤੀ ਵੀਡੀਓ ਤੁਹਾਨੂੰ ਮਿਲ ਸਕਦੀਆਂ ਅਗਰ ਸੇਲ ਪਰਚੇਜ਼ ਦੀ ਮੈਂ ਗੱਲ ਕਰਾਂ TikTok ਆਈਡੀ ਹੈ ਸ਼ੌਕਤ ਹਿਆਤ ਦੇ ਨਾਂ ਤੋਂ ਵਿਲੇਜ ਅਰਾਊਂਡ 2 ਦੇ ਨਾਂ ਤੋਂ ਔਰ ਫੈਜ਼ੀ ਚੀਨਾ ਦੇ ਨਾਂ ਤੋਂ ਇਹ ਤਿੰਨ ਆਈਡੀਆ ਨੇ ਮੇਰੀਆਂ ਇਹਨਾਂ ਤਿੰਨਾਂ ਆਈਡੀਆ ਤੇ ਤੁਸੀਂ ਜਾ ਕੇ ਸੇਲ ਪਰਚੇਜ਼ ਵਾਸਤੇ ਵੀ ਜਾਨਵਰ ਖਰੀਦ ਸਕਦੇ ਜਾਨਵਰ ਕਿਸੇ ਨੇ ਖਰੀਦਣਾ ਜਾਂ ਸੇਲ ਕਰਨਾ ਉਹਦੇ ਤੇ ਵਟਸਐਪ ਨੰਬਰ ਵੀ ਦਿੱਤਾ ਹੁੰਦਾ ਇਸ ਵੀਡੀਓ ਦੇ ਐਂਡ ਤੇ ਵੀ ਨੰਬਰ ਹੁੰਦਾ ਨਾਲ ਨਾਲ ਨੰਬਰ ਚੱਲਦਾ ਵੀ ਹੁੰਦਾ ਤੁਸੀਂ ਉਹਦੇ ਤੇ ਵੀ ਰਾਬਤਾ ਕਰ ਸਕਦੇ ਜੀ ਤੇ ਇਹ ਮੈਦਾਨ 'ਚ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਕਰਾਂਗਾ ਸੇ ਘੋੜੀ ਤੋਂ ਬੇ ਕੁਝ ਲੋਕਾਂ ਦਾ ਨਾ ਜਿਹੜਾ ਜੋ ਕੁਝ ਫੀਲਡ 'ਚ ਹੋ ਰਿਹਾ ਹੁੰਦਾ ਸਾਡਾ ਹੱਕ ਬਣਦਾ ਸੀ ਆਪਣਾ ਫਰਜ਼ ਸਮਝਨੇ ਦੱਸਣਾ ਲੋਕਾਂ ਨੂੰ ਦੋਸਤਾਂ ਨੂੰ ਦੱਸਣਾ ਤੇ ਕਈ ਲੋਕ ਦੋਸਤ ਜਿਹੜੇ ਨਾ ਗੁੱਸਾ ਵੀ ਕਰ ਜਾਂਦੇ ਨੇ ਗੁੱਸੇ ਵਾਲੀ ਗੱਲ ਕੋਈ ਨਹੀਂ ਹੁੰਦੀ ਗੱਲ ਦੱਸਣਾ ਸਾਡਾ ਹੱਕ ਆ ਉਹ ਆਂਦੇ ਨਹੀਂ ਜ਼ੁਬਾਨ ਨਾਲ ਨਾ ਕੋਈ ਦੱਸ ਸਕੇ ਜ਼ਬਰਦਸਤੀ ਨਾਲ ਕਰ ਸਕਦੇ ਹੱਥ ਨਾਲ ਜਾਂ ਕਿਸੇ ਨੂੰ ਉਸਰਾ ਨਾ ਸਮਝਾ ਸਕੇ ਜ਼ੁਬਾਨ ਨਾਲ ਤੇ ਉਹਨੂੰ ਰੋਕਣਾ ਚਾਹੀਦਾ ਸੀ ਜ਼ੁਬਾਨ ਦੇ ਜ਼ਰੀਏ ਕੋਸ਼ਿਸ਼ ਕਰਨੇ ਗੱਲ ਦੱਸਣ ਦੀ ਰੋਕਣ ਦੀ ਅਕਸਰ ਜਿਹੜੇ ਦੋਸਤ ਜਾਨਵਰ ਕਈਆਂ ਦੇ ਵਾਰਦਾ ਤਰੀਕਾ ਵਾਰਦਾ ਤੇ ਹੁੰਦਾ ਜਾਨਵਰ ਜਦੋਂ ਸੇਲ ਕਰਦੇ ਨੇ ਨਾ ਉਹਦੇ ਚ ਤਿੰਨ ਚਾਰ ਕੈਟਾਗਰੀਆਂ ਹੁੰਦੀਆਂ ਨੇ ਕਈਆਂ ਬੰਦਿਆਂ ਦੀਆਂ ਕੈਟਾਗਰੀ ਕੀ ਹੁੰਦੀ ਹੈ ਯਾ ਤੇ ਉਹਦੇ ਨਾਲ ਉਹਦਾ ਕੋਈ 파ਟਨਰਸ਼ਿਪ ਹੁੰਦੀ ਹੈ ਤੇ 파ਟਨਰਸ਼ਿਪ ਹੁੰਦੀ ਹੈ ਉਹ ਇੱਕ ਹੁੰਦਾ ਇੱਕ ਉਹਦੇ ਜੀ ਰਿਸ਼ਤੇਦਾਰਾਂ ਦਾ ਹੁੰਦਾ ਵਾ ਤੇ ਇੱਕ ਉਹਦੇ ਭਾਈ ਨਹੀਂ ਮੰਨਦੇ ਤਿੰਨ ਕੈਟਾਗਰੀਆਂ ਉਹਦੀ ਮੈਂ ਮਿਸਾਲ ਇੱਕ ਦੇ ਕੇ ਤੇ ਫਿਰ ਗਾਂ ਚੱਲਾਂਗਾ ਮਿਸਾਲ ਹੈ ਵੀ ਮੈਂ ਇੱਕ ਜਾਨਵਰ ਤੇ ਅਸੀਂ ਚਲੇ ਗਏ ਆ ਸ਼ੌਕਤ ਸਾਹਿਬ ਮੈਂ ਗਏ ਆ ਜਾਨਵਰ ਜਾ ਕੇ ਵੇਖਿਆ ਪਸੰਦ ਕੀਤਾ ਤੇ ਉੱਥੇ ਜਾਂਦੇ ਨੂੰ ਇੱਕ ਰੋਲਾ ਹੋਰ ਬਣਿਆ ਸੀ ਉੱਥੇ ਨਾ ਜਾਨਵਰ ਦਾ ਰੋਲਾ ਬਣਿਆ ਸੀ ਉੱਥੇ ਕੋਈ ਬੀਬੀ ਸੀ ਉਹਨੇ ਲਈ ਸੀ ਬੁਛੇਰੀ ਤੇ ਨਹੀਂ ਸੀ ਲਈ ਉਹਨੇ ਲਈ ਸੀ ਗਾਈ ਗਾਈ ਲਈ ਸੀ ਉਹਨਾਂ ਕੋਲ ਤੇ ਉਹ ਬੰਦੇ ਜਿਹੜੇ ਸੀ ਨਾ ਦੇਣ ਵਾਲੇ ਦੋ ਸੀ ਹਾਜੀ ਸਾਹਿਬ ਗੁੱਸਾ ਹਾਜੀਆਂ ਵੀ ਨਹੀਂ ਕਰਨਾ ਕਈ ਜਦੋਂ ਹੱਜ ਕਰ ਲੈਂਦੇ ਨੇ ਤੇ ਉਹ ਸਮਝ ਲੈਂਦੇ ਨੇ ਵੀ ਅਸੀਂ ਹੁਣ ਸਭ ਕੁਝ ਕਰ ਸਕਦੇ ਆ ਨਹੀਂ ਹੱਜ ਬਚਾਉਣਾ ਬੜਾ ਔਖਾ ਹੁੰਦਾ ਵਾ ਉਹ ਹਾਜੀ ਸਾਹਿਬ ਸੀ ਦੋ ਹਾਜੀ ਭਰਾ ਸੀ ਤੇ ਉਹਨਾਂ ਦਾ ਇੱਕ ਭਤੀਜਾ ਸੀ ਦੋਵਾਂ ਦਾ ਇੱਕੋ ਹੀ ਮੁੰਡਾ ਸੀ ਵੀ ਭਤੀਜਾ ਤੇ ਇੱਕ ਦਾ ਮੁੰਡਾ ਸੀ ਉਹ ਗੱਲ ਕਰਦੇ ਕਰਉਂਦੇ ਨਾ ਉਹ ਜਿਹੜੀ ਸੀ ਗਾਈ ਉਹਨਾਂ 2-4 ਦਿਨ ਡੱਕੀ ਉਹਦਾ ਦੁੱਧ ਜਿਹੜਾ ਵਾ ਉਹ ਚੋਇਆ ਨਾ ਤੇ ਉਹ ਬੀਬੀ ਵਿਚਾਰੀ ਸੀ ਉਹਦਾ ਖਾਵੰਦ ਫੌਤ ਹੋਇਆ ਸੀ ਉਹਨੇ ਆਪਣੇ ਬੱਚਿਆਂ ਵਾਸਤੇ ਗਾਈ ਲੱਭਦੀ ਫਿਰਦੀ ਸੀ ਖੀਰ ਉਹਨੇ ਗਾਈ ਖਰੀਦ ਲਈ ਜਿਸ ਵੇਲੇ ਖਰੀਦ ਲਈ ਉਹ ਆਪਣੇ ਦੁੱਧ ਚੋਇਆ ਦੁੱਧ ਚੋ ਕੇ ਉਹ ਆਪਣੇ ਲੈ ਗਈ ਘਰ ਨਿ ਜ਼ਾਹਿਰ ਹੈ 2-4 ਕਿਲੋ ਦਿੱਤਾ ਹੋਏਗਾ ਜਿਸ ਵੇਲੇ ਘਰ ਲੈ ਗਈ ਜਾ ਕੇ ਉਹਨੇ ਨਾ ਦੁਬਾਰਾ ਤਿੰਨਾਂ ਚੋਂ ਦੇਣਾ ਬਾਅਦ ਉਹ ਆਈ ਜਦੋਂ ਅਸੀਂ ਪਹੁੰਚੇ ਉਹ ਆਈ 3 14 ਦਿਨਾਂ ਬਾਅਦ ਉਹ ਗਾਈ ਤੇ ਨੇੜੇ ਨਾ ਲੱਗਣਦੇ ਉਹਨੂੰ ਬਿਲਕੁਲ ਨਾ ਲੱਗਣਦੇ ਉਹਨੇ ਆਖਿਆ ਹਾਜੀ ਸਾਹਿਬ ਮੈਨੂੰ ਇੱਕ ਗੱਲ ਦੱਸੋ ਇਹ ਗਾਈ ਵਾਪਸ ਕਰੋ ਉਹ ਖੈਰ ਗਾਈ ਹਾਜੀਆਂ ਕਿੱਥੋਂ ਵਾਪਸ ਕਰਨੀ ਸੀ ਅਖੀਰ ਕਰਦ ਰੰਗਾ ਉਹਨਾਂ ਨਾਲ ਗੱਲ ਬਹੁਤ ਜ਼ਿਆਦਾ ਫੈਲ ਗਈ ਅਸੀਂ ਵੀ ਉੱਥੋਂ ਵਾਪਸ ਹਟਾਏ ਸਾਡਾ ਸੌਦਾ ਨਾ ਬਣਿਆ ਉਹਨਾਂ ਨਾਲ ਅਸੀਂ ਵਾਪਸ ਆਏ ਫੇਰ ਅਸੀਂ ਗਏ ਨਾ ਦੁਬਾਰਾ ਤੇ ਦੁਬਾਰਾ ਨਾ ਉਹ ਦੋਵੇਂ ਭਰਾ ਆਪਸ ਵਿੱਚ ਲੜਨਦੇ ਤੇ ਉਹਨਾਂ ਦਾ ਤਰੀਕਾ ਵਾਰ ਦਾ ਜਿਹੜਾ ਹੁਣ ਬਿਛੇਰੀ ਦਾ ਸੀ ਉਹਨਾਂ ਦਾ ਕੀ ਸੀ ਨਹੀਂ ਨਹੀਂ ਬਚੇਰੀ ਦਾ ਉਹ ਜਿਹੜਾ ਸੌਦਾ ਜਿਹੜਾ ਕਰਨੇ ਉਹ ਜੀ ਇੱਕ ਭਰਾ ਆਖਿਆ ਮੈਂ ਦੇਣੀ ਕੋਨੀ ਮੈਂ ਨਹੀਂ ਦੇਣੀ ਉਹਦੇ ਕੋ ਰਸਾ ਖੀਤੀ ਜਾਏ ਅਸੀਂ ਸੌਦਾ ਕਰਕੇ ਗਏ ਸਨ ਲਾ ਲੋ 3 ਲੱਖ ਰੁਪਏ ਦਾ ਕੀਤਾ ਉਹ ਆਖਿਆ ਮੈਂ 4 ਤੋਂ ਘੱਟ ਦੇਣੀ ਕੋਨੀਗੀ ਉਹਨੇ ਆਖਿਆ ਯਾਰ ਮੈਂ ਜ਼ਬਾਨ ਕਰ ਬੇਟਾ ਹਲੇ ਉਹ 2.5 ਲੱਖ ਦੀ ਸੀ ਉਹ ਬਚੇਰੀ 2.5 ਲੱਖ ਦੀ ਸੱਡ ਨੂੰ ਉਹਨਾਂ ਗੱਲਾਂ ਚ ਲੈ ਆਂਦਾ 3 ਲੱਖ ਤੱਕ ਚਲੇ ਗਏ ਉਹ ਜੀ ਆਪੋ ਚ ਇੱਕ ਦੂਜੇ ਨਾਲ ਲੜ ਨਹੀਂ ਪੈਂਦੇ ਉਹ ਚੁੱਕੀ ਹਰ ਸ਼ੈ ਤੇ ਉਧਰ ਤੇ ਇੱਧਰ ਤੇ ਇਹ ਉਹ ਉਹ ਚਲੇਗੇ ਅਸੀਂ ਵੀ ਨਾ ਪਿੱਛੇ ਬੰਦੇ ਨੇ ਰਾਤ ਤੱਕ ਕੀਤਾ ਬੀਬੀ ਵਿਚੇਰੀ ਲੱਗਦਾ ਬਹੁਤ ਅੱਛੀ ਜਿਹੜੇ ਲੜੀ ਜਾਂਦੇ ਨੇ ਆਪਾਂ ਚ ਤੂੰ ਐਦਾਂ ਕਰ ਯਾਰ ਨਾ ਕੁਝ ਵੱਧ 3 ਲੱਖ ਦਾ ਸੌਦਾ ਕਰਕੇ ਸਾਢੇ 3 ਲੱਖ ਚ ਅਸੀਂ ਲਈ 50 ਹਜ਼ਾਰ ਵਧਾ ਲਿਆ ਉਹਨਾਂ ਸਾਡੇ ਕੋਲ ਅਸੀਂ ਜਦੋਂ ਲੱਦਣ ਗਏ ਤੇ ਦੋਵੇਂ ਭਰਾ ਇਕੱਠੇ ਬੈ ਕੇ ਚਾਹ ਪੀਂਦੇ ਤੇ ਉਹਨਾਂ ਦੀ ਇੱਕ ਗੱਲ ਹੋਰ ਬੜੀ ਉਸ ਪਿੰਡ 'ਚ ਮਸ਼ਹੂਰ ਹੈ ਜਦੋਂ ਅਸੀਂ ਕਿਸੇ ਦੋਸਤ ਨੂੰ ਦੱਸਿਆ ਨਾ ਆਖਿਆ ਉਹ ਜਿਹੜੀ ਬੀਬੀ ਦਾ ਸੀ ਆਖਿਆ ਰੌਲਾ ਪਿਆ ਸੀ ਉਹਨਾਂ ਆਖਿਆ ਉਹਦਾਂ ਦਾ ਮੁੰਡਾ ਸੀ ਇੱਕ ਮੁਲਾਜ਼ਮ ਸਕੂਲ ਦੇ ਵਿੱਚ ਉਹਨਾ ਉਹ ਕਲਰਿਕ ਸੀ ਉਹਨੂੰ ਦੱਸਿਆ ਵੀ ਤੁਹਾਡੇ ਚਾਚਿਆਂ ਨੇ ਤੇ ਚਾਚੇ ਨੇ ਤੇਰੇ ਅੱਬੇ ਨੇ ਇਦਾਂ ਕੀਤਾ ਤੇ ਉਹ ਇੱਕ ਦੂਜੇ ਨੂੰ ਕਹਿੰਦੇ ਵੀ ਜਦੋਂ ਬੰਦਾ ਹੱਜ ਕਰ ਹੁੰਦਾ ਬਿਲਕੁਲ ਸਾਫ ਪਾਕ ਨਾ ਹੋ ਤੋ ਜਾਂਦਾ ਤੇ ਹੱਥ ਹੁੜਾ ਰੱਖਿਆ ਕਰੋ ਇਹ ਵਾਰ ਦਾ ਤਾਂ ਇਦਾਂ ਵੀ ਲੋਕ ਪਾਉਂਦੇ ਨੇ ਰੱਸੀ ਖਿੱਚ ਲਈ ਕਰ ਲਿਆ ਸਿਰਫ ਰੇਟ ਵਧਾਉਣ ਵਾਸਤੇ ਸ਼ੌਕਤ ਸਾਹਿਬ ਇਦਾਂ ਹੀ ਹੈ ਰੇਟ ਵਧਾਉਣ ਵਾਸਤੇ ਤੇ ਠੀਕ ਹੈ ਦੋਸਤੋ ਗੱਲ ਮੈਂ ਤੁਹਾਨੂੰ ਬੜੀ ਲੰਮੀ ਚੌੜੀ ਸੁਣਾਈ ਤੇ ਤੁਸੀਂ ਵੀ ਖਿਆਲ ਕਰਨਾ ਸੌਦਾ ਕਰਕੇ ਜਿਹੜਾ ਬੰਦਾ ਰੱਸੀ ਕਿਤੇ ਨਾ ਇੱਕ ਦੂਜਾ ਛੱਡ ਦਿਓ ਉਸ ਜਾਨਵਰ ਨੂੰ ਉਹਦੇ ਪੱਲੇ ਮੰਨਦਾ ਚਾਚਾ ਨਹੀਂ ਮੰਨਦਾ ਨਾਲ ਦਾ ਨਹੀਂ ਮੰਨਦਾ ਹਾਂਜੀ ਸ਼ੌਕਤ ਸਾਹਿਬ ਆਦਾਂ ਡਰਾਮੇ ਜੇ ਸਭ ਤੇ ਜਦੋਂ ਕੋਈ ਕਹ ਲੈ ਬਲਕਿ ਜਾਂਦੇ ਜਾਂਦੇ ਤੁਹਾਨੂੰ ਸਾਡਾ ਇੱਕ ਦੋਸਤ ਆ ਸਮਾਨਤਮਰਾਇਆ ਸਾਹਿਬ ਉਹਨਾਂ ਨੂੰ ਇੱਕ ਜਾਨਵਰ ਪਸੰਦ ਆਇਆ ਸੀ ਤੇ ਉਹ ਧਮਰਾਇਆ ਸਾਹਿਬ ਆਂਦੇ ਮੈਂ ਬਜਾਤੇ ਖੋਦੇ ਕੋ ਬੰਦੇ ਕੋ ਚਲਾ ਗਿਆ ਉੱਥੇ ਜਾ ਕੇ ਤੇ ਉਹ ਆਪਸ ਚ ਭਰਾ ਭਰਾ ਲੜ ਪਏ ਇਹ ਉਹ ਮੈਂ ਅਗਾ ਪਤਾ ਨਹੀਂ ਕਿੱਦਾਂ ਕਿ ਚੰਗਾ ਜਾਨਵਰ ਤੇ ਧਮਰਾਇਆ ਸਾਹਿਬ ਨੇ ਲੈਣ ਦਾ ਮਹਿੰਗਾ ਲੈਣ ਦਾ ਦੋਨੇ ਸਾਨੂੰ ਉਹਨੇ ਵੀ ਗੱਲ ਦਸੀ ਚਲੋ ਜੀ ਬਹਰ ਲਤਿਹਾਤ ਕਰਿਆ ਕਰ ਹੱਥਾਂ ਭਾਈ ਹੁੰਦੀ ਹੈ ਜੀ ਗਾਲਮ ਖਲੋਚ ਹੁੰਦੀ ਹੈ ਸਿਰਫ ਵਿਖਾਵਾ ਤੁਹਾਡੇ ਵਾਸਤੇ ਬਿਲਕੁਲ ਜੀ ਵਿਖਾਵਾ ਸ਼ੌਕਤ ਸਾਹਿਬ ਨੇ ਵਿਖਾਵਾ ਹੁੰਦਾ ਜੀ ਤੇ ਉਹ ਜਾਨਵਰ ਤੋਂ ਅਵਾਈਡ ਕਰ ਛੱਡ ਦਿਆ ਕਰੋ ਜਾਨਵਰ ਬੜੇ ਜੀ ਸਲਾਮ ਅਲੈਕੁਮ ਵੀਰ ਜੀ ਵਾਅਲੈਕੁਮ ਸਲਾਮ ਹਾਂਜੀ ਵੀਰ ਜੀ ਕੀ ਹਾਲ ਠੀਕ ਠਾਕ ਭਾਈ ਕੀ ਨਾਮ ਆਪਣਾ ਮੇਰਾ ਨਾਮ ਦੀਲ ਸ਼ਹਾਦ ਹੈ ਅਦੀਲ ਸ਼ਹਾਦ ਕਿੱਥੇ ਖਲੋਤੇ ਆਸੀਂ ਹਸ ਟਾਈਮ ਇਹ ਸਰ ਚੱਕ ਨੰਬਰ 210 ਤਹਿਸੀਲ ਪੋਣਾ ਜ਼ਿਲ੍ਹਾ ਚਨੀਓਂ ਜ਼ਿਲ੍ਹਾ ਚਨੀਓਂ ਹੁੰਦਾ ਤੇ ਮਾਸ਼ਾਅੱਲਾ ਅਸੀਂ ਕੱਲ ਤੁਹਾਡੇ ਕੋਲ ਆਏ ਆ ਪਿਆਰਾ ਵੀਰ ਤੇ ਉਹਦੇ ਵਾਸਤੇ ਅਸੀਂ ਆਏ ਸਾਂ ਖਰੀਦਣ ਵਾਸਤੇ ਜਾਨਵਰ ਤੁਹਾਡੇ ਨਾਲ ਉਹਨਾਂ ਦੀ ਗੱਲ ਕਰਾਈ ਹੈ ਹਾਂਜੀ ਬਿਲਕੁਲ ਤੁਸੀਂ ਕਰਾਈ ਉਸਰਾ ਉਹਨਾਂ ਕਰਨ ਦੀ ਉਹਨਾਂ ਆਖਿਆ ਜੀ ਮੈਂ ਨਹੀਂ ਕਰਨੀ ਇਦਾਂ ਹੀ ਗੱਲ ਹੋਈ ਸੀ ਨਾ ਉਹਨੇ ਆਖਿਆ ਮੈਂ ਨਹੀਂ ਕਰਨੀ ਤੁਸੀਂ ਜੋ ਕਰਨਾ ਕਰੋ ਪਰ ਸਾਡਾ ਹੱਕ ਬਣਦਾ ਵੀ ਅਗਲੇ ਦੀ ਆਵਾਜ਼ ਦਿਵਾਉਣੀ ਅਗਲੇ ਦੀ ਗੱਲ ਕਿਸੇ ਦੇ ਦਿਲ ਚ ਕੋਈ ਗੱਲ ਨਾ ਰਹਿ ਜੇ ਇਹ ਕਿਹਦੀ ਬਚੇਰੀ ਕਿਹਦੀ ਆ ਕਿਹੜੇ ਘੋੜੇ ਦੀ ਬੱਚੀ ਆ ਸਾਰੇ ਇੱਥੇ ਢੋਲ ਵਾਲੇ ਚ ਘੋੜਾ ਹੈ ਮਹਸਨ ਪੂਰੀ ਕੁਲੂ ਆਇਆ ਹੈ ਤਾਜ ਬੋਜੋ ਆਨੇ ਹਾਂਜੀ ਹੈਗਾ ਸੁਕਰਾ ਘੋੜਾ ਉਹਦੀ ਬੱਚੀ ਹੈ ਇਹਦੀ ਮਾਂ ਦਾ ਰੰਗ ਕਿਹੜਾ ਸੀ ਇਹਦੀ ਮਾਂ ਮੁਸਕ ਰੰਗ ਦੀ ਮੁਸਕ ਰੰਗ ਦੀ ਤੇ ਜਦੋਂ ਮਾਲਕ ਨਾਲ ਤੁਹਾਡੇ ਡਾਇਰੈਕਟ ਗੱਲ ਕਰਾਈ ਹੈ ਸੌਦਾ ਜਦੋਂ ਕਰਨ ਦੇ ਸਾਂ ਹਾਂਜੀ ਡਾਇਰੈਕਟ ਗੱਲ ਕਰਾਈ ਹੈ ਜਿਹੜੀ ਗੱਲ ਅਸੀਂ ਤੁਹਾਡੇ ਨਾਲ ਕੀਤੀ ਆ ਮਾਲਕਾਂ ਨੇ ਉਹਨਾਂ ਨਾਲ ਕੀਤੀ ਆ ਕੋਈ ਗੱਲ 'ਚ ਫਰਕ ਨਿਕਲਿਆ ਹੋਏ ਨਹੀਂ ਕੋਈ 0% ਵੀ ਫਰਕ ਕੋਈ ਅਕਾਉਂਟ ਤੁਸੀਂ ਆਪਣਾ ਹੀ ਦਿੱਤਾ ਸੀ ਸਾਨੂੰ ਹਾਂਜੀ ਆਪਣਾ ਤਾਂ ਹੀ ਕਾਉਂਟ ਦਿੱਤਾ ਸੀ ਡਾਇਰੈਕਟ ਪੈਸੇ ਵੀ ਡਾਇਰੈਕਟ ਹੀ ਆ ਗਏ ਹਾਂਜੀ ਤੇ ਇਹ ਵੈਸੇ ਸਾਡਾ ਜਿਹੜ ਕੰਮ ਹਾਂਜੀ ਤੁਹਾਨੂੰ ਕਿਦਾਂ ਦਾ ਲੱਗਾ ਵੀ ਕੰਮ ਸਾਡਾ ਠੀਕ ਹੈ ਕਿ ਸਾਡੇ ਜਿਵੇਂ ਦੋ ਨੰਬਰੀ ਵੇਖੀ ਜੇ ਮਾਸ਼ਾਅੱਲਾ ਤੁਹਾਡਾ ਕੰਮ ਬਹੁਤ ਜ਼ਬਰਦਸਤ ਹੈ 100% ਜਿਹੜਾ ਨਾ ਤੁਹਾਡਾ ਕੰਮ ਠੀਕ ਹੈ ਮੈਂ ਫੁੱਲੀ ਸੈਟੀਸਫਾਈ ਹਾਂ ਨਹੀਂ ਜਿਹੜੀ ਮੈਂ ਕਹਿੰਦਾ ਹੁਣ ਮੈਦਾਨ ਦੇ ਵਿੱਚ ਗੱਲ ਮੈਦਾਨ ਚ ਕਰ ਤਾਂ ਗੱਲ ਮੈਦਾਨ ਚ ਹੋਈ ਕੱਲ ਤੇ ਸਭ ਬਿਲਕੁਲ ਮੈਦਾਨ ਵਿੱਚ ਗੱਲ ਸਾਹਮਣੇ ਪੇੜ ਚ ਹਾਂਜੀ ਡਾਇਰੈਕਟ ਸਾਡੀ ਡੀਲ ਹੋਈ ਹੈ ਹਾਂਜੀ ਜਿਹੜੇ ਭਾਈ ਨੇ ਲਈਏ ਉਹਦੀ ਤੇ ਮੇਰੀ ਆਪਸ ਵਿੱਚ ਡਾਇਰੈਕਟ ਡੀਲ ਹੋਈ ਡਾਇਰੈਕਟ ਠੀਕ ਹੈ ਦੋਸਤੋ ਮਾਸ਼ਾਅੱਲਾ ਜੀ ਇਹਨਾਂ ਨਾਲ ਸਾਰੀ ਹੋ ਗਈ ਗ ਸਾਡਾ ਬੜਾ ਪਿਆਰਾ ਵੀਰ ਤੁਹਾਨੂੰ ਹੁਣ ਮੈਂ ਦੱਸਾਂ ਉਹਦੇ ਇਤਮਾਦ ਦਾ ਬਹੁਤ ਜ਼ਿਆਦਾ ਸ਼ੁਕਰੀਆ ਹੀਰਾ ਦਾ ਨਾਮ ਆ ਅਮਰੀਕਾ ਤੋਂ ਨੇ ਪਿੱਛੇ ਉਹ ਪੱਤੋ ਕੀ ਦੇ ਲਾਗੇ ਭਾਈ ਫਿਰ ਉਹਦੇ ਦਰਮਿਆਨ ਚ ਉਹਨਾਂ ਦਾ ਡੇਰਾ ਵਾ ਉੱਥੋਂ ਦੀ ਵੀ ਕੋਸ਼ਿਸ਼ ਕਰਾਂਗਾ ਤੁਹਾਨੂੰ ਉਹਨਾਂ ਦੇ ਭਾਈ ਆ ਜਿਹੜਾ ਵੀ ਦੋਸਤ ਅਸਬਾਬ ਉੱਥੇ ਮਿਲੇ ਉਹਨਾਂ ਦੇ ਵੀ ਤਾਸਰਾਤ ਲੈਣ ਦੀ ਤੇ ਦੋਸਤੋ ਇੱਕ ਚੀਜ਼ ਮੈਂ ਨਾਲ ਐਂਡ ਤੇ ਐਡ ਕਰਾਂਗਾ ਅਸੀਂ ਕੰਮ ਫੀਲਡ 'ਚ ਕਰ ਰਹੇ ਹਾਂ ਅਲਹਮਦੁਲਿਲਾ ਇੱਜ਼ਤ ਸਾਨੂੰ ਦਿੱਤੀ ਹੈ ਇਸ ਘੋੜਿਆਂ ਦੀ ਫੀਲਡ ਨੇ ਮੈਨੂੰ ਨਹੀਂ ਪਤਾ ਉਹ ਕੌਣ ਬੰਦਾ ਸੀ ਕੌਣ ਨਹੀਂ ਸੀ ਖਾਨੇ ਕਾਬੇ ਦੇ ਸਾਹਮਣੇ ਖਲੋ ਕੇ ਉਹ ਬੰਦਾ ਮੇਰੀ ਫੋਟੋ ਕੱਢ ਕੇ ਦੂਸਰੇ ਮੋਬਾਈਲ ਤੋਂ ਵੀਡੀਓ ਬਣਾ ਰਿਹਾ ਤੇ ਨਾਲ ਹੀ ਸਾਹਮਣੇ ਖਾਨਾ ਕਾਬਾ ਬਖਾ ਰਿਹਾ ਮੇਰੀ ਤਸਵੀਰ ਨੂੰ ਤੇ ਦੁਆ ਕਰੋ ਵੀ ਮੈਂ ਵੀ ਇਨਸ਼ਾਅੱਲਾ ਕਦੀ ਰੱਬ ਮੌਕਾ ਦੇਗਾ ਤੇ ਇਨਸ਼ਾਅੱਲਾ ਉਹਦੀ ਜ਼ਿਆਰਤ ਕਰਦੀ ਕਰਾਂਗੇ ਤੁਸੀਂ ਦੇਖੋ ਉਹ ਮੇਰੇ ਵਾਸਤੇ ਔਰ ਸ਼ੌਕਤ ਸਾਹਿਬ ਵਾਸਤੇ ਦੁਆ ਕਰ ਰਿਹਾ ਵਾਲੇ ਅਸੀਂ ਜਾਣਦੇ ਨਹੀਂ ਉਸ ਬੰਦੇ ਨੂੰ ਫਿਰ ਆਤੀ ਉਹਦਾ ਪਤਾ ਕੀਤਾ ਜ਼ਬੈਰ ਨਾਂ ਦਾ ਬੰਦਾ ਸੀ ਇੱਥੋਂ ਫੈਸਲਾਬਾਦ ਤੋਂ ਉਹ ਗਿਆ ਹੋਇਆ ਸੀ ਤੇ ਗੱਲ ਹੈ ਦੋਸਤੋ ਜੇ ਅਗਰ ਕਿਸੇ ਨੇ ਅਸੀਂ ਕੋਈ ਗਲਤ ਕਰਾਂਗੇ ਉੱਥੇ ਕੋਈ ਦਵਾਵਾ ਕਰਦਾ ਤੇ ਅਸੀਂ ਇਹਨੇ ਅੱਜ ਸਾਡੀ ਤਸਵੀਰ ਗਈ ਹੈ ਤੇ ਦੁਆ ਕਰਿਓ ਕਦੀ ਅਸੀਂ ਨਹੀਂ ਉੱਥੇ ਜਾਈਏ ਅੱਲਾ ਇਹਨਾਂ ਨੂੰ ਜਿਨ੍ਹਾਂ ਨੇ ਸਾਡੇ ਵਾਸਤੇ ਦੁਆ ਕੀਤੀ ਹੈ ਖਸੂਸੀ ਤੇ ਅਸੀਂ ਆਨੇ ਦੁਆ ਕਰਨੇ ਯਾ ਅੱਲਾ ਉਹਨੂੰ ਕਦੀ ਜ਼ਿੰਦਗੀ ਕੋਈ ਪਰੇਸ਼ਾਨੀ ਨਾ ਤੇ ਜਿਹੜੇ ਸਾਡੇ ਵੀਡੀਓਜ਼ ਵੇਂਦੇ ਚ ਦੋਸਤ ਤੇ ਜਿਹੜਾ ਕੋਈ ਜਾਣਦਾ ਹੈ ਨਬੀ کریم ਸੱਲ ਸੱਲਮ ਦੇ ਰੋਜ਼ੇ ਮੁਬਾਰਕ ਤੇ ਖਾਨੇ ਕਾਬੇ ਜਾਂਦਾ ਹੈ ਤੇ ਸਾਡੇ ਬੱਚਿਆਂ ਵਾਸਤੇ ਔਰ ਸਾਡੇ ਵਾਸਤੇ ਖਸੂਸੀ ਦੁਆ ਕਰਨੀ ਹਾਕ ਹਲਾਲ ਦਾ ਕਮਾਈ ਹੈ ਔਰ ਜਿਹੜੇ ਸੱਚੀ ਗੱਲ ਉਹ ਕਰਦੇ ਰਹੀਏ ਕਿਸੇ ਨੂੰ ਕਦੀ ਸਾਡੀ ਵੇ ਤੋਂ ਕੋਈ ਪਰੇਸ਼ਾਨੀ ਨਾ ਜ਼ਿੰਦਗੀ ਚ ਆਏ ਤੇ ਦੀ ਕੇ ਦੁਆਵਾਂ ਚ ਯਾਦ ਰੱਖਿਓ ਰੱਬ ਰੱਖਾ ਪਾਕਿਸਤਾਨ ਜ਼ਿੰਦਾਬਾਦ ਸ਼ਾਹ ਹੋ ਕਰਾ ਦੇ ਦੇਸਤੋ ਇਹ ਗੱਡੀ ਮੌਜੂਦ ਹੈ ਵੇਖ ਸਕਦੇ ਜੀ ਇਹ ਹੁਣ ਖੈਰ ਘਰੇ ਜਾ ਰਹੀ ਹੈ ਪੱਤੋ ਕੀ ਜਨਿਓੜ ਤੋਂ ਪੱਤੋ ਕੀ ਜਾ ਰਹੀ ਹੈ ਇਹ ਗੱਡੀ ਆ ਗਈ ਹੈ ਔਰ ਇਹ ਲੋਡਿੰਗ ਦੀ ਵੀਡੀਓ ਵੀ ਇਨਸ਼ਾਅੱਲਾ ਤੁਹਾਨੂੰ ਅਲੱਗ ਮਿਲ ਜੇਗੀ ਦਾ ਬਰਾਕਾ ਜੀ